ਸੁੱਖੇ ਤਰਨ ਦਾ ਵਸੀਲਾ ਸੁੱਖੇ ਤਰਨ ਦਾ ਤਰੀਕਾ ਸਾਹਿਬ ਦੱਸ ਰਹੇ ਨੇ। ਆਪਣੀ ਗਤੀ ਕਰਾਉਣਾ ਚਾਹੁੰਦਾ ਪਾਰ ਲੰਘਣਾ ਚਾਹੁੰਦਾ ਸਫਲ ਜੀਵਨ ਸਫਲ ਯਾਤਰਾ ਕਰਕੇ ਜਾਣਾ ਚਾਹੁੰਦਾ ਸੁੱਖ ਕੋਈ ਕਰਮ ਕਾਂਡ ਨਹੀਂ ਕਰਨਾ ਕੋਈ ਪਖੰਡ ਨਹੀਂ ਕਰਨਾ ਕੋਈ ਇੱਧਰ ਜਾ ਉੱਧਰ ਜਾ ਇਹਨੂੰ ਪੂਜ ਆ ਕਰ ਪੁੱਠਾ ਲਟਕ ਸਿੱਧਾ ਕਰ ਕੁਛ ਨਹੀਂ। ਸੁਖੈਨ ਮਾਰਗ ਮਹਾਰਾਜ ਨੇ ਦਿੱਤਾ ਜੇ ਇਹ ਜੀਵਨ ਨੂੰ ਰੰਗ ਕੇ ਜਾਣਾ ਚਾਹੁੰਦਾ ਹੈ ਜੇ ਇਹ ਜੀਵਨ ਨੂੰ ਸਵਾਰ ਕੇ ਜਾਣਾ ਚਾਹੁੰਦਾ ਹੈ ਬਸ ਇੱਕ ਕੰਮ ਕਰ ਲੈ ਆਪਣੇ ਗੁਰੂ ਨੂੰ ਕਮਾ ਲੈ ਸਤਿਗੁਰੂ ਇਹ ਸੌਖਾ ਤਰੀਕਾ ਹੀ ਸਾਡੇ ਲਈ ਸਭ ਤੋਂ ਔਖਾ ਬਣਿਆ ਹੋਇਆ ਇਹ ਸੌਖਾ ਤਰੀਕਾ ਸਾਡੇ ਲਈ ਸਭ ਤੋਂ ਔਖਾ ਬਣਿਆ ਇਹੀ ਕੰਮ ਨਹੀਂ ਹੁੰਦਾ ਪਿਆ ਸਾਡੇ ਕੋਲ ਬਾਕੀ ਸਾਰੇ ਕੰਮ ਕਰੀ ਜਾਂਦੇ ਮਾਇਆ ਦੱਸੋ ਜੀ ਕਿੰਨੀ ਪੂਜਣੀ ਹੈ ਉਹ ਲਾ ਦਿਆਂ ਫਲਾਣਾ ਚੀਜ਼ ਦੱਸੋ ਜੀ ਕਿਵੇਂ ਕਰਨਾ ਬਸ ਬਸ ਮੈਨੂੰ ਨਾ ਮਰਨਾ ਪਵੇ ਮੈਨੂੰ ਨਾ ਹੱਡ ਭੰਨਣੇ ਪੈਣ ਆਖੋ ਸਤਨਾਮ ਮੈਂ ਆਪਣੀ ਮਨ ਮਰਜ਼ੀ ਦੇ ਕੰਮ ਕਰਦਾ ਰਵਾਂ ਮਾਇਆ ਮੋਇਆ ਲੈ ਕੇ ਤੁਸੀਂ ਪੂਜਾ ਅਰਚਨਾ ਕਰ ਲਓ ਜੀ ਬਾਕੀ ਠੱਗੀ ਮੈਂ ਮਾਰ ਚੋਰੀ ਮੈਂ ਕਰ ਨਿੰਦਿਆ ਮੈਂ ਕਰ ਮਾੜੇ ਕੰਮ ਮੈਂ ਕਰਾਂ ਵਿਸ਼ੇਈ ਮੈਂ ਬਣ ਹਰ ਇੱਕ ਮਾੜੇ ਕੰਮ ਮੈਂ ਕਰਦਾ ਰਵਾਂ ਬਈ ਮਾਇਆ ਲੈ ਕੇ ਮੇਰੇ ਪਾਪ ਧੋ ਦੋ ਆਖੋ ਸਤਨਾਮ ਵਾਹਿਗੁਰੂ ਸਾਡਾ ਸੁਣ ਅਸੀਂ ਹੀ ਪਖੰਡ ਨੂੰ ਜਨਮ ਦਿੰਦੇ ਅਸੀਂ ਹੀ ਸਾਧ ਸੰਗਤ ਪਖੰਡਵਾਦ ਨੂੰ ਜਨਮ ਦਿੰਦੇ ਪਰ ਗੁਰੂ ਨਾਨਕ ਸਾਹਿਬ ਨੇ ਰੋਕ ਲਾ ਦਿੱਤੀ ਇਸ ਚੀਜ਼ ਕਹਿੰਦੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਤੇਰਾ ਕਾਰਜ ਅਗਰ ਸਵਰੇਗਾ ਤੇ ਤੇਰੇ ਆਪਣੇ ਹੱਥੀ ਸਵਰੇ ਤੇਰਾ ਕਾਰਜ ਕੋਈ ਹੋਰ ਨਹੀਂ ਸਵਾਰੀ ਰੋਟੀ ਤੂੰ ਖਾਵੇਂ ਪੇਟ ਤੇਰਾ ਭਰੇਗਾ ਰੋਟੀ ਕੋਈ ਹੋਰ ਖਾਵੇ ਕਿਵੇਂ ਕਮਾਲ ਹੋ ਗਈ ਕਿਵੇਂ ਪੇਟ ਭਰੇਗਾ ਇੱਕ ਬੰਦਾ ਬਿਮਾਰ ਹੈ ਧਿਆਨ ਨਾਲ ਸੁਣੋ ਇੱਕ ਬੰਦਾ ਬਿਮਾਰ ਹੈ ਇਹ ਤਾਂ ਉਹ ਗੱਲ ਹੋ ਗਈ ਆਪਾਂ ਇੱਦਾਂ ਗੱਲ ਕਰਦੇ ਪਏ ਹਾਂ ਮੰਨ ਲਓ ਇੱਕ ਬੰਦਾ ਬਿਮਾਰ ਹੈ ਆਪਾਂ ਕਹਿੰਦੇ ਯਾਰ ਗਲੂਕੋਸ ਉਹਨੂੰ ਚੜਾ ਦੇ ਮੈਨੂੰ ਸੂਈ ਤੋਂ ਡਰ ਲੱਗਦਾ ਮੈਨੂੰ ਸੂਈ ਤੋਂ ਡਰ ਲੱਗਦਾ ਗਲੂਕੋਸ ਉਹਨੂੰ ਚੜਾ ਦੇ ਦੋ ਬੋਤਲਾਂ ਦੀ ਥਾਂ ਤੇ 6 ਚੜਾ ਦੇ ਏਦਾਂ ਹੋ ਜਾਊ ਮੇਰਾ ਉਧਾਰ ਹੋ ਜਾਏਗਾ ਇਹ ਤਾਕਤ ਆ ਜਾਏਗੀ ਸਾਡਾ ਹਾਲ ਬਸ ਭਾਈ ਸਾਹਿਬ ਕਹਿੰਦੇ ਨੇ ਆਪਣਾ ਵੀ ਪ੍ਰੈਕਟੀਕਲ ਵੀ ਪ੍ਰੈਕਟੀਕਲ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਬਾਣੀ ਅਸੀਂ ਨਾ ਪੜੀਏ ਭਜਨ ਅਸੀਂ ਨਾ ਕਰੀਏ ਸਿਮਰਨ ਅਸੀਂ ਨਾ ਕਰੀਏ ਇਬਾਦਤ ਅਸੀਂ ਨਾ ਕਰੀਏ ਅੰਮ੍ਰਿਤ ਵੇਲੇ ਅਸੀਂ ਨਾ ਜਾਗੀਏ ਸੇਵਾ ਅਸੀਂ ਨਾ ਕਰੀਏ ਨੇਕ ਕਰਮ ਅਸੀਂ ਨਾ ਕਰੀਏ ਲੱਭਦੇ ਪਿਆਂ ਸਤਿਗੁਰ ਦੀ ਖੁਸ਼ੀ ਬੜਾ ਸੁਖੈਨ ਮਾਰਗ ਸਤਿਗੁਰ ਜੀ ਨੇ ਦੱਸਿਆ ਤੇ ਉਹੀ ਸੁਖੈਨ ਸਾਨੂੰ ਸਾਧ ਸੰਗਤ ਔਖਾ ਲੱਗਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭੌਜਲ ਬਿਖਮ ਅਸਬਾਹ ਬਿਖਮ ਅਸਬਾਹ ਬੜਾ ਬਿਖੜਾ ਸਾਧ ਸੰਗਤ ਕਹਿ ਲਓ ਸਮੁੰਦਰ ਹੈ ਜਿੱਥੋਂ ਪਾਰ ਲੰਘਣਾ ਬੜੀ ਬਿਖੜੀ ਘਾਟੀ ਹੈ ਜਿੱਥੋਂ ਲੰਘਣਾ ਪਰ ਸਾਹਿਬ ਕਹਿੰਦੇ ਘਬਰਾ ਮੈਂ ਡਰਾ ਨਹੀਂ ਰਿਹਾ ਮੈਂ ਨਾਲ ਤੇ ਰਸਤਾ ਵੀ ਦੇ ਰਿਹਾ ਘਾਟੀ ਜ਼ਰੂਰ ਹੈ ਮੁਸ਼ਕਿਲ ਔਖਾ ਮਾਰਗ ਜ਼ਰੂਰ ਹੈ ਪਰ ਘਬਰਾ ਨਾ ਪੁੱਤਰ ਮੈਂ ਸੌਖਾ ਕਰਕੇ ਤੈਨੂੰ ਲੰਘਾ ਦਿਆਂਗਾ ਜੇ ਮੇਰੀ ਗੱਲ ਮੰਨ ਲਏ ਜੀ ਪਾਤਸ਼ਾਹ ਫਿਰ ਦੱਸੋ ਇਹ ਔਖੀ ਘਾਟੀ ਕਿਵੇਂ ਲੰਘੇਗੀ ਸੌਖੀ ਕਿਵੇਂ ਲੰਘੇ ਕਹਿੰਦੇ ਗੁਰ ਸ਼ਬਦੀ ਪਾਰ ਪਾਏ
गुरु के शब्द ने तेन पार लगा दिया। हुण एक बंदा कहे जी ये किवें बदकील गल कर गुरु के शब्द ने किदां पार लगा दिया। देखो दो दलीलों के नाल दस तुहाडे चरणां विच बेनती रखी। पहली दलील धन साहब श्री गुरु ग्रंथ साहब महाराज साढ़े मौजूदा गुरु आखो सतना अवर प्रेजेंट गुरु लिविंग गुरु कह लो सतगुर जागता है दे भूली मालनी है भूली पई है तू सतगुर तो सदा ही जागता है आखो सतना सतगुर मेरा सदा सदा ना आवे ना जाए वो अविनाशी पुरख है सब मेरे आसमान साढ़े प्रेजेंट गुरु धन साहब श्री गुरु ग्रंथ साहब महाराज महाराज का कोई भी शब्द नहीं धन साहब श्री गुरु ग्रंथ साहब महाराज जी का कोई शब्द नहीं आत्मक जीवन देते। पहला सात संगत वे पार लंघन का दास दसदा पिया मान लो मेरा जीवन विषयी है मेरा जीवन माड़ा है मेरा जीवन औगुणा के नाल भरिया होया है बस टेक इट एज एग्जाम्पल आपां एग्जाम्पल लै रहे हैं। हुण सतगुरु जी दे कोल मैं बैठिया सतगुरु जी दी बाणी पढ़ी सतगुरु जी ने हर शब्द दे विच मैनूं समझाया इदां नहीं बच्चे इदां कर इदां नहीं इदां कर। एक वारी तो मेरा कहना मन सतगुरु जी कहिंदे एक वारी तो मेरा कहना मन देख तेरे जीवन दी तब्दीलियां की आण ऐसिया तब्दीलियां आन गया दुनिया तेन पलकों से बिठाएगी आपको सच सच यकीन आने विषयी तो विषयी माड़े तो माड़ा बंदा औगुण यारा बंदा तब्दील होंदिया वेख्या गया आत्मक जीवन के हुलारे माणदिया वेख्या गया। भाई साहब भाई विधि चंद जी लै लो कौन सी जी चोर आपको चोर हूँ जिन्हों की मान लो मज चोरी कर ली जिन्हों का कोई होर समान चोरी कर लिया हूँ जिदी कोई चीज चोरी हुई वो कोई दुआ दिता होगा वो दुआ कलपता होगा तड़पता होगा बंदा कोई चोरी कर ले किसी की चीज दूजा बंदा फिर कितना सास संगत बद दुआई देता होगा बेड़ा गर फलाना टमकाना चोर सन चोर एक सतपुरश की संगत हुई सतपुरश ने सतगुरां नाल जोड़ता ऐसा सतगुरु जी नूं कमाया ऐसा सतगुरु जी दे बोल कमाए सतगुरु जी कोल रह के की कीता दसो विधि चंद जी ने भाई साहब भाई विधि चंद जी ने उन्होंने महापुरखों ने गुरमुखों ने किवें जीवन निखरिया किवें जीवन सवरिया किवें महाराज धन गुरु हरगोबिंद साहब महाराज जी का यह वर लै लिया सीने नाल ला के मेरे धन हरगोबिंद साहब महाराज धन गुरु हरगोबिंद साहब महाराज सच्चे पातशाह ने विधि चंद जी नूं सीने नाल ला के कहा सी विधि चंद छीना गुरु का सीना। जो बंदे नूं बहुत फखर होंदा है केड़ी चीज चोरी कर दे सीना ही जोड़ा होंदा है सत नूं एदां सीना कर फखर है मेनू एदां कहिंदे आ मेरा सीना विधि चंद इन्ना मान दित्ता इन्ना मान दित्ता ते किवें मान लै गए इक चोर किवें मान लै गए सी ओ सी पर जदों सतगुरां दे चरणा च आए जदों सतगुरां दा शब्द कमाया सतगुरां दे कोल कमाए सतगुर जिवें जिवें कहिंदे गए अपने जीवन नूं ढाल दे गए ऐसा रंग भर गया ऐसा रंग भर गया ऐसा रंग भर गया चंगे चंगे सीस निवा निवा के सात संगत प्यार ते सत्कार देंदे सन हुण भी भाई साहब भाई विधि चंद जी दा सीस चुका के सत्कार हुंदा है सतनाम शरीर चला गया चला गया अज भी जदों नाम आंदा है ते सिर चुकदा है की कारण की है खाली एक बोल कमाए जो सतगुर कहिंदे गुर शब्दी पार पार लंघाता गुरु दे शब्द
जो गुरु कहिंदे गे कमांदे गे ते तरदे गे ते तारदे गे आखो सतनाम। लॉजिकली मैं गल कर रहा एवें बस गुरशब्दी पार पाए गुरु ना लॉजिकली गल कर रहा तुहाडे विचों साडे विचों जिवें जिवें तुसीं अपने सतगुरु जी का शब्द कमाई जाओ। साहिब कहिंदे ने किसी की चुगली करके कारज नहीं बिगाड़ना, भावे वो तेरा दुश्मन है तू नहीं चुगली करनी, तू दे बारे माड़ा नहीं बोलना। महाराज आ समझाउंदे पे समझ जाइए जीवन लिख रहे महाराज समझाउंदे ने फरीदा बुरे दा भला कर। सौखी पढ़ाई नहीं है पर जे पढ़ गए ना साथ साथ मैं कहना चमकते जाना चमकते जाना। एक बंदा साडा माड़ा करदा हो जस्ट इमेजिन एक बंदा माड़ा कर रहा मेरा और मैं उदा भला मंगदा कमाल। एक बंदा माड़ा करे तुहाडा और तुसी उहदे लई जपजी साहब का पाठ करके उहदी चढ़दी कला की अरदास करो आहे गुरसिखी आखो सतनाम आहे साहिब ये समझा रहे वी हैव टू फॉलो द इंस्ट्रक्शंस ऑफ आवर सतगुरु। सानू इंस्ट्रक्शंस फॉलो करने पैणे जे निखरना है जे जीवन दी बाजी जित के जानी है। एक एक बेनती आ दूजा सासर पुख्ता प्रमाण तुहानू मैं एक देण लगा। कोई कहेगा जी किवें गुरु दा शब्द पार लंघा कई बारी दास ने एग्जाम्पल तुहाडे अगे रखी। एक बंदा गड्डी च जा रहे मान लो दो तीन बंदे जा रहे ने गड्डी च रस्ता भटक गया सुनसान एरिया आ गया कोई साइन बोर्ड नहीं है उन उथे कोई माइलस्टोन नहीं है मील पत्थर जिन्हों कहने कोई साइन बोर्ड नहीं आ रहा तो जीपीएस भी नहीं चलता पे आखो साथ हूँ रस्ता गए भटक रात हनेरी है इलाका खतरनाक है हूँ भटके हुए ने साध संगत हूँ हिले हुए ने भाई किधर जाइए चौराहा आंदा जो चौराहा आंदा यार सज्जे जाइए खब्बे जाइए जाना दिल्ली है भटक गए रस्ता पिंडों पिंड पै गए भटक गए रस्ता हूँ जड़ा चौंक आता सज्जे खब्बे अगे पिछे कितने फस गए हूँ उड़ीकते पे ने साइन बोर्ड साइन बोर्ड या माइलस्टोन जिथे एक शब्द लिखा होता है वह शब्द की है दिल्ली इन्ने किलोमीटर आपको बस उस शब्द को उड़ीक देखते जो भालते भालते बहुत भटके साथ एक साइन बोर्ड दूरों नजर आया हरा साइन बोर्ड हरा साइन बोर्ड दूरों नजर आया साज साज शुक्र है यार शुक्र शुक्र साइन बोर्ड नजर आया गड्डी भजाई कोल गए तो की देखा खाली साइन बोर्ड ही है कोई शब्द है ही नहीं उहदे आखो सतनाम लो कर लो गल हुण दसो की उह साइन बोर्ड पार लंघाएगा। आपां कहिंदे आ जी साइन बोर्ड आ जाए साइन बोर्ड आ जाए माइलस्टोन आ जाए मील पत्थर सामने आ गया जी पीले रंग का पत्थर आ गया चिट्टे रंग का जिहड़ा हुंदा पर उह ब्लैंक खाली मत्था मत्थे हाथ मार के बह गए यार लो ਹੁਣ ਦੱਸੋ ਮਾਈਲਸਟੋਨ ਨੇ ਕੀ ਪਾਰ ਲੰਘਾਤਾ ਇੰਨੀ ਦੇਰ ਦਾ ਲੱਭਦਾ ਪਿਆ ਸੀ ਮਾਈਲਸਟੋਨ ਇੰਨੀ ਦੇਰ ਦਾ ਲੱਭਦਾ ਹੋਇਆ ਸੀ ਉਹ ਹਰਾ ਜਾ ਬੋਰਡ ਬੋਰਡ ਆ ਗਿਆ ਪਰ ਨਹੀਂ ਗੱਲ ਬਣੀ ਕਿਉਂ ਉਹਦੇ ਤੇ ਸ਼ਬਦ ਨਹੀਂ ਲਿਖਿਆ ਸੀ ਆਖੋ ਸਾਥ ਬੋਰਡ ਨਹੀਂ ਪਾਰ ਲੰਘਾਉਂਦਾ ਸ਼ਬਦ ਪਾਰ ਹੁਣ ਅੱਗੇ ਦੌੜੇ ਅੱਗੇ ਗੱਡੀ ਦੌੜਾਈ ਅੱਗੇ ਫਿਰ ਦੇਖਿਆ ਇੱਕ ਸਾਈਨ ਬੋਰਡ ਆਇਆ ਦੌੜਾਈ ਗੱਡੀ ਤੇ ਉੱਥੇ ਸ਼ਬਦ ਲਿਖਿਆ ਸੀ ਦਿੱਲੀ ਤੇ ਐਰੋ ਦਿੱਤਾ ਸੀ ਸੱਜੇ ਇੰਨੇ ਕਿਲੋਮੀਟਰ 210 ਕਿਲੋਮੀਟਰ ਸਾ ਆਇਆ ਸ਼ੁਕਰ ਹੈ ਸਹੀ ਰਸਤੇ ਪੈ ਗਿਆ ਇੱਥੋਂ ਮੁੜ ਇੱਥੇ ਜਲਦੀ ਮੁੜ ਜਲਦੀ ਉਹ ਸੱਜੇ ਮੁੜ ਅੱਗੇ ਗਏ ਦਿੱਲੀ ਖੱਬੇ 110 ਕਿਲੋਮੀਟਰ ਸ਼ੁਕਰ ਸ਼ੁਕਰ ਅੱਗੇ ਗਏ ਸਿੱਧਾ ਜਾਈ ਗਿਆ ਦਿੱਲੀ ਸਿੱਧਾ ਹੀ ਚੱਲੀ ਚੱਲ ਪਾਈ 20 किलोमीटर बस निशाने ते पहुंचन लगा अपने घर पहुंचन लगा। एक शब्द देखो अगवाई कर रहे
एक शब्द अगवाई कर रहा सज्जे मुड़ मुड़ गया खब्बे मुड़ मुड़ गया सीधा चली जा चलिया गया हुण खब्बे मुड़ फिर मुड़ गया शब्द ने इन्हें इसके घर तक पहुंचाता को सतनाम समझते जाना शब्द ने इन्हें इसके घर तक पहुंचाता दुनियावी शब्द जे दुनियावी शब्द च इतनी ताकत है कि बंदे नू बंदे दे घर तक पहुंचा देवे ते कि गुरु नानक दे शब्द च इतनी ताकत नहीं गुरु नानक दे घर पहुंचा देवे आखो सतनाम है जी सत श्री अकाल जे दुनियावी शब्द च इतनी ताकत है कि बंदे नू बंदे दे घर पहुंचा देवे ओदे घर ते गुरु नानक दे शब्द च तां गुरु ग्रंथ साहिब महाराज दे शब्द च इतनी ताकत नहीं बस गल इनी कि वी हैव टू फॉलो इंस्ट्रक्शंस उन्हें साइन बोर्ड ने उस शब्द ने कहा सी दिल्ली सज्जे पर जे मैं अड़ के बैठा ना मैं तो खब्बे जाऊंगा तू कहीं ना सज्जे ना भाई ना मैं तो खब्बे जाऊंगा बोर्ड तो कसूर नहीं शब्द तो कसूर नहीं मेरिया करतूत ही भटकण वाली मेरिया करतूत ही अपना सास डुबण वाली ਸਾਡੇ ਸਤਿਗੁਰੂ ਜੀ ਕਹਿੰਦੇ ਐਦਾਂ ਨਹੀਂ ਐਦਾਂ ਕਰ ਇਹ ਕਹਿੰਦਾ ਨਾ ਮੈਂ ਤਾਂ ਐਦਾਂ ਹੀ ਕਰੂੰ ਸ਼ਰਾਬ ਨਹੀਂ ਪੀਣੀ ਮੈਂ ਤਾਂ ਪੀਊਂ ਮਾਸ ਨਹੀਂ ਖਾਣਾ ਮੈਂ ਤਾਂ ਖਾਊਂ ਰੋਮਾਂ ਦੀ ਬੇਦਬੀ ਨਹੀਂ ਕਰਨੀ ਮੈਂ ਤਾਂ ਕਰਾਂਗਾ ਫਿਰ ਭਾਲਦੇ ਹਾਂ ਜੀ ਨਿਸ਼ਾਨੇ ਤੇ ਪਹੁੰਚ ਜਾਈਏ ਕਿੱਥੋਂ ਪਹੁੰਚ ਜਾਾਂਗੇ ਕਿੱਥੋਂ ਨਿੱਜ ਘਰ ਮਹਿਲ ਪਾਓ ਸੁਖ ਸਹਿਜੇ ਬੌਰ ਨਾ ਹੋਏਗਾ ਫੇਰਾ ਕਿੱਥੋਂ ਨਿੱਜ ਘਰ ਮਹਿਲ ਪਹੁੰਚਾਂਗੇ ਜੀ ਨਿੱਜ ਘਰ ਕਿੱਥੋਂ ਪਹੁੰਚ ਜਾਾਂਗੇ ये इंस्ट्रक्शन से नहीं फॉलो करन गए कितों पहुंच जाएंगे सेवक सिख पूजन सब आवे सब गावे हर हर उत्तम बाणी गावया सुनया तिनका हर थाए पर उना दा गाया उना दा सुनया थाए पै जांदा महाराज कहंदे किन्ना दा सुनया थाए पैंदा किन्ना दा गाया थाए पैंदा जिन सतगुर की आग्या सत सत कर मानी आखो सतनाम साहिब कहंदे ने निरंकार दा देश इधर है तुर पै ए कहंदे ना मैं इधर जाना ते साहिब कहंदे भटकदा रहा आखो सतनाम वाहेगुरु भटकदा मारा ही खावा डरे हुए नहीं सुकून विच होवांगे सास इसलिए साहिब कहिंदे लॉजिकली मैं एक गल करके तुहाडे चरणां च मैं अपनी बात रख रहा एक दुनियावी शब्द सानू साडे घर तक पहुंचा सकदा है ते गुरु नानक दा शब्द भी अगर फॉलो कर लईए ते गुरु नानक दे घर तक सानू ले जाएगा घर तक ले जाएगा गुरु नानक प्रीतम के देश कैसे बात गल्ला मारी जांदे बस पूछत है पथक मार्ग ना चले पग पुछी जांदा है दिल्ली किथे है 50 बंदियां नु पुछ बेटा 50 बंदे ही कहंदे भाई सीधा जाके खब्बे मुड़ जीटी रोड पै जाएगा पा पहुंच जाएगा उत्थे पा उत्थे खड़ा 50 100 बंदियां नु पुछी जांदा हर बंदा कह रहा भी सीधा जा खब्बे मोड़ जा जीटी रोड चढ़ जाएगा सीधा पहुंच जाए पर नहीं जी उत्थे खड़ा खड़ा रहा नहीं पहुंच सकता ये हाल है ते साहिब ज्ञान दे रहे ने सोखा ढंग दस रहे ने केड़ी माया लगी साडी केड़ी माया लगी महाराज कहंदे एवें ठगाया ना जाई ठगिया ना जाई लुटिया ना जाई ਸੋਖਾ ਮਾਰਗ ਦੱਸਦਾ ਬਸ ਆਪਣੇ ਗੁਰੂ ਦੀ ਮੰਦਾ ਜਾਈ ਮੰਦਾ ਜਾਈ ਮੰਦਾ ਜਾਈ ਪਹੁੰਚ ਜਾਏਗਾ ਜਿੱਥੇ ਤੂੰ ਜਾਣਾ ਹੈ ਆਪੋ ਸਤਨਾਮ ਜਾ ਕੇ ਸੰਗ ਤੇ ਵਿਛੜਾ ਜਿੱਥੋਂ ਵਿਛੜਿਆ ਹੈ ਨਾ ਬਸ ਉੱਥੇ ਹੀ ਜਾ ਮਿਲੇਗਾ ਜਾ ਕੇ ਸੰਗ ਤੇ ਵਿਛੜਾ ਤਾਂ ਹੀ ਕੇ ਸੰਗ ਉੱਥੇ ਹੀ ਪਹੁੰਚੇਗਾ ਜਿੱਥੋਂ ਤੂੰ ਵਿਛੜ ਕੇ ਆਇਆ ਹੈ ਨਾ ਪਰਮ ਪਿਤਾ ਪਰਮਾਤਮਾ ਕੋਲੋਂ ਵਿਛੜ ਕੇ ਆਇਆ ਹੈ ਬਸ ਗੁਰੂ ਦਾ ਸ਼ਬਦ ਕਮਾਈ ਚੱਲਣੀ ਗੁਰੂ ਦੇ ਬੋਲ ਕਮਾਈ ਚੱਲਣੀ ਜਿਵੇਂ ਜਿਵੇਂ ਗੁਰੂ ਕਹਿੰਦੇ ਤੁਰੀ ਚੱਲਣੀ ਸਾਹਿਬ ਕਹਿੰਦੇ ਦੇਖ ਲਿਆ ਕਰਕੇ ਕਿਸੇ ਦਾ ਕਾਰਜ ਨਾ ਵਿਗਾੜੀ ਤੂੰ ਕਿਸੇ ਦਾ ਨਹੀਂ ਆਪਣਾ ਵਿਗਾੜੇਗਾ ਬਸ ਛੱਡ ਦੇਈਏ ਸੁੱਖ ਸੁੱਖ ਵੇ ਸੁੱਖ ਵੇ
ਆਪਾਂ ਆਪਣੇ ਔਗਣਾਂ ਵੱਲ ਵੇਖ 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 ਦੇਖੀਏ ਤਾਂ ਸਹੀ ਅੰਦਰ ਸਾਡੇ ਹੈ ਕੀ ਹੈ। ਦੂਜਿਆਂ ਵਾਲੀ ਝਾਤ ਮਾਰੀ ਜਾਂਦੇ ਹਾਂ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲਿਖ, ਐਵੇਂ ਕਾਲੇ ਲਿਖ ਨਾ ਲਿਖ ਕੇ ਆਪਣਾ ਗਰਕ ਕਰੀਏ ਬੇੜਾ, ਬੇੜਾ ਗਰਕ ਨਾ ਕਰੀਏ, ਆਪਣੇ ਗੁਰੂ ਨੂੰ ਕਮਾਈਏ ਤੇ ਨਿਰਮਲ ਹੁੰਦੇ ਜਾਈਏ ਜੀ, ਨਿਰਮਲ ਹੁੰਦੇ ਜਾਈਏ। ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰਨਾ ਹੈ ਤੇ ਕਰਨਾ ਹੈ। ਦੇਰ ਇਜ਼ ਨੋ ਆਪਸ਼ਨ, ਨੋ ਇਫ ਐਂਡ ਬਟ, ਵੀ ਹੈਵ ਟੂ ਡੂ। ਸਾਨੂੰ ਸਿਮਰਨ ਕਰਨਾ ਹੀ ਪੈਣਾ, ਬੰਦਗੀ ਕਰਨੀ ਹੀ ਪੈਣੀ ਹੈ। ਬਿਨ ਹਰ ਭਜਨ ਨਹੀਂ ਛੁਟਕਾਰਾ, ਕਹਿੰਦਾ ਤੇਰਾ ਛੁਟਕਾਰਾ ਹੋਣਾ ਹੀ ਹੋਣਾ ਹੀ ਨਹੀਂ ਤੇਰਾ ਛੁਟਕਾਰਾ। ਕਰ ਲੈ ਜਿਹੜੇ ਮਰਜ਼ੀ ਕਰਮ ਕਾਂਡ ਕਰ ਲੈ, ਕਰ ਜਿੰਨੇ ਮਰਜ਼ੀ ਕਰਮ ਕਾਂਡ ਕਰ ਲੈ, ਨਹੀਂ ਛੁਟਕਾਰਾ ਹੋਣਾ ਤੇਰਾ ਜਦ ਤੱਕ ਭਜਨ ਨਹੀਂ ਕਰਦਾ, ਬੰਦਗੀ ਨਹੀਂ ਕਰਦਾ, ਜਪਦਾ ਨਹੀਂ ਅੰਮ੍ਰਿਤ ਵੇਲੇ ਉੱਠ ਕੇ ਆਪੋ ਸਤਨਾਮ। ਸਤਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਰੋਜ਼ਾਨਾ ਅੰਮ੍ਰਿਤ ਵੇਲਾ ਸਿਮਰਨ ਸਾਧਨਾ ਸਮਾਗਮ ਕਈ ਸਾਲਾਂ ਤੋਂ ਨਿਰੰਤਰ ਚੱਲ ਰਹੇ ਹਨ। ਅਨੇਕਾਂ ਹੀ ਸੰਗਤਾਂ ਇਹਨਾਂ ਅੰਮ੍ਰਿਤ ਵੇਲੇ ਸਮਾਗਮਾਂ ਦੇ ਵਿੱਚ ਜੁੜ ਕੇ ਸਤਿਗੁਰੂ ਜੀ ਦੀ ਗੋਦ ਦਾ ਆਨੰਦ ਪ੍ਰਾਪਤ ਕਰ ਰਹੀਆਂ ਹਨ। ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਇਹ ਸਿਮਰਨ ਸਾਧਨਾ ਪਰਿਵਾਰ ਬਣਿਆ। ਇਸ ਪਰਿਵਾਰ ਦੀਆਂ ਸਮੂਹ ਸੰਗਤਾਂ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੀਆਂ ਹਨ, ਉਹ ਰੋਜ਼ਾਨਾ ਅੰਮ੍ਰਿਤ ਵੇਲੇ 3:45 ਤੋਂ 5:30 ਤੱਕ ਸਿਮਰਨ ਸਾਧਨਾ ਸਮਾਗਮ ਰਾਹੀਂ ਜੁੜ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਸੋ ਆਓ ਅਸੀਂ ਵੀ ਇਹਨਾਂ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਜੁੜ ਕੇ ਸਤਿਗੁਰੂ ਜੀ ਦੀ ਨਿੱਘੀ ਗੋਦ ਦਾ ਆਨੰਦ ਪ੍ਰਾਪਤ ਕਰੀਏ ਅਤੇ ਆਪਣਾ ਜੀਵਨ ਸਫਲਾ ਕਰੀਏ ਜੀ। ਰੋਜ਼ਾਨਾ ਸਿਮਰਨ ਸਾਧਨਾ ਦਾ ਸਿੱਧਾ ਪ੍ਰਸਾਰਣ ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣਾ ਵਾਲੇ ਆਫੀਸ਼ੀਅਲ ਚੈਨਲ ਯੂਟਿਊਬ, ਫੇਸਬੁੱਕ ਅਤੇ ਏਕੰਕਾਰ ਚੈਨਲ ਤੇ ਕੀਤਾ ਜਾਂਦਾ ਹੈ। ਸਿਮਰਨ ਸਾਧਨਾ ਦਾ ਲਿੰਕ ਰੋਜ਼ਾਨਾ ਅੰਮ੍ਰਿਤ ਵੇਲੇ ਵਟਸਐਪ ਗਰੁੱਪ BGSJ ਵਿੱਚ ਭੇਜਿਆ ਜਾਂਦਾ ਹੈ ਜੀ। ਇਸ ਤੋਂ ਇਲਾਵਾ ਭਾਈ ਸਾਹਿਬ ਜੀ ਦੇ ਕੀਰਤਨ ਸਮਾਗਮਾਂ ਦੇ ਲਿੰਕ ਅਤੇ ਚੱਲ ਰਹੇ 3 ਹਸਪਤਾਲ ਅਤੇ ਅਕੈਡਮੀਆਂ ਦੇ ਹਰ ਮਹੀਨੇ ਦੀ ਸੇਵਾ ਦਾ ਵੇਰਵਾ ਇਸ ਗਰੁੱਪ ਵਿੱਚ ਭੇਜਿਆ ਜਾਂਦਾ ਹੈ। ਵਟਸਐਪ ਗਰੁੱਪ ਜੁਆਇਨ ਕਰਨ ਲਈ ਆਪ ਜੀ ਆਪਣਾ ਨਾਮ ਅਤੇ ਸ਼ਹਿਰ ਦਾ ਨਾਮ ਹੇਠ ਲਿਖੇ ਨੰਬਰ ਤੇ ਭੇਜੋ ਜੀ। ਰੋਜ਼ਾਨਾ ਅੰਮ੍ਰਿਤ ਵੇਲੇ ਸਿਮਰਨ ਸਾਧਨਾ ਨਾਲ ਜੁੜਨ ਲਈ ਅਤੇ ਹਰ ਤਰ੍ਹਾਂ ਦੀ ਲੇਟੈਸਟ ਅਪਡੇਟਸ ਲਈ ਇਸ ਨੰਬਰ ਤੇ ਮੈਸੇਜ ਕਰਕੇ ਵਟਸਐਪ ਗਰੁੱਪ ਜੁਆਇਨ ਜ਼ਰੂਰ ਕਰੋ ਜੀ। 9988225825, 9982825285825। अगर तुहानू ए वीडियो बढ़िया लगी है तो लाइक करो अते अग्गे शेयर जरूर करो जी।